ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਭਾਰਤ ਦਾ ਆਰਐਸਐਸ ਨਾਲ ਸੰਬੰਧਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੱਲ੍ਹ ਆਸਟ੍ਰੇਲੀਆ ਆਇਆ ਹੋਇਆ ਹੈ। ਆਰਐਸਐਸ ਦੇ ਪ੍ਰਚਾਰ ਤੰਤਰ ਅਤੇ ਹਿੰਦੂਤਵੀ ਕੰਟਰੋਲ ਵਾਲੇ ਮੀਡੀਆ ਵੱਲੋਂ ਉਸ ਨੂੰ ਬਹੁਤ ਵੱਡਾ ਲੀਡਰ ਬਣਾ ਕੇ ਪ੍ਰੋਜੈਕਟ ਕੀਤਾ ਜਾ ਰਿਹਾ ਹੈ। ਜਿਵੇਂ ਅਮੈਰੀਕਾ ਦੇ ਵਿੱਚ ਪੀਆਰ ਦਾ ਸਹਾਰਾ ਲੈ ਕੇ ਮੋਦੀ ਦੇ ਅਸਫਲ ਦੌਰੇ ਨੂੰ ਸਫਲ ਦੱਸਣ ਦਾ ਯਤਨ ਕੀਤਾ ਗਿਆ, ਉਹੀ ਕਹਾਣੀ ਆਸਟ੍ਰੇਲੀਆ ਦੇ ਵਿੱਚ ਵੀ ਦੁਹਰਾਈ ਜਾ ਰਹੀ ਹੈ। ਆਸਟ੍ਰੇਲੀਆ ਦੇ ਸਿੱਖਾਂ ਨੇ ਸੱਚ, ਹੱਕ ਅਤੇ ਇਨਸਾਫ ਦੇ ਰਸਤੇ ਤੇ ਤੁਰਦਿਆਂ ਮੋਦੀ ਦੀ ਆਮਦ ਵੇਲੇ ਸਿਡਨੀ ਵਿਖੇ ਇੱਕ ਜ਼ੋਰਦਾਰ ਵਿਖਾਵਾ ਕੀਤਾ। ਇੱਕ ਸੰਬੋਲਿਕ ਵਿਖਾਵਾ ਕੈਨਬਰਾ ਵਿੱਚ ਵੀ ਕੀਤਾ ਗਿਆ ਅਤੇ ਹੁਣ ਮੈਲਬੋਰਨ ਵਿਖੇ ਵੀ ਕਰਨ ਦੀਆਂ ਤਿਆਰੀਆਂ ਹਨ। ਵਿਊਅਰਸ, ਅੱਜ ਅਸੀਂ ਆਸਟ੍ਰੇਲੀਆ ਤੋਂ ਸਿੱਖ ਪੱਤਰਕਾਰ ਅਤੇ ਕੌਮੀ ਆਵਾਜ਼ ਵੈਡੀਓ ਦੇ ਹੋਸਟ ਸਰਦਾਰ ਐਸਐਸ ਰੋਮੀ ਨਾਲ ਮੋਦੀ ਦੇ ਆਸਟ੍ਰੇਲੀਆ ਦੌਰੇ ਸੰਬੰਧੀ ਅਤੇ ਹੋਰ ਪੰਥਕ ਵਿਸ਼ਿਆਂ ਤੇ ਗੱਲਬਾਤ ਕਰਾਂਗੇ, ਤੇ ਜਿਹੜੇ ਕਿ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ ਆਸਟ੍ਰੇਲੀਆ ਤੋਂ। ਜਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਨੂੰ ਸਿਡਨੀ ਅਤੇ ਹੋਰ ਥਾਵਾਂ ਤੇ ਹੋਏ ਤੇ ਹੋਰੇ ਵਿਖਾਵੇ ਸੰਬੰਧੀ ਵੇਰਵੇ ਦੇ ਨਾਲ ਜਾਣਕਾਰੀ ਦਿਓ। ਦੇਖੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਨਰਿੰਦਰ ਮੋਦੀ ਇੰਨੀ ਦਿਨੀ ਆਸਟ੍ਰੇਲੀਆ ਦੇ ਦੌਰੇ ਤੇ ਆਇਆ ਹੋਇਆ, ਜਾਂ G20 ਸੰਮੇਲਨ ਸੀ ਉਹਦੇ ਨਾਲ ਸੰਬੰਧਿਤ ਉਹਦਾ ਦੌਰਾ ਸੀ ਜੀ। ਪਰ ਜਿਸ ਤਰ੍ਹਾਂ ਮੋਦੀ ਵਾਲੇ ਮਾਮਲੇ ਦੇ ਵਿੱਚ ਮੀਡੀਆ ਤੇ ਮੰਡੀ ਹੈ ਜਿਹੜੀ, ਹਾਂਜੀ, ਉਹ ਰਲ ਕੇ ਕੰਮ ਕਰਦੇ ਆ ਜੀ। ਵੱਡੇ ਪੱਧਰ ਤੇ ਜਿਹੜੇ ਵੀ ਵੱਡੇ ਘਰਾਣੇ ਨੇ ਵਪਾਰਕ, ਉਹਨਾਂ ਵੱਲੋਂ ਪੈਸਾ ਖਰਚਿਆ ਗਿਆ ਇਹਨੂੰ ਸਰਕਾਰ ਦੇ ਵਿੱਚ ਲਿਆਉਣ ਦੇ ਲਈ, ਤੇ ਮੀਡੀਆ ਵੱਲੋਂ ਉਹਨਾਂ ਦਾ ਪੁਰਜ਼ੋਰ ਸਹਾਰਾ ਲਿਆ ਜਾਂਦਾ, ਪ੍ਰਚਾਰ ਕੀਤਾ ਜਾਂਦਾ, ਲੋਕਾਂ ਨੂੰ ਇਕੱਠੇ ਕੀਤਾ ਜਾਂਦਾ, ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਤੁਹਾਡੇ ਸਾਹਮਣੇ ਹੋਇਆ ਸਾਰਾ ਕੁਛ ਜੀ, ਬਿਲਕੁਲ। ਤੇ ਜੋ ਉਹਦੇ ਵੱਲੋਂ ਇਕੱਠ ਕੀਤੇ ਜਾਂਦੇ ਨੇ, ਜਿਸ ਤਰ੍ਹਾਂ ਦੇ ਨਾਲ ਵਿਦੇਸ਼ਾਂ ਦੇ ਵਿੱਚ ਜਾ ਕੇ ਕਲਾਕਾਰ ਜਾਂ ਫਿਲਮੀ ਜਿਹੜੇ ਕਲਾਕਾਰ ਨੇ ਜਾਂ ਗਾਉਣ ਵਜਾਉਣ ਵਾਲੇ ਨੇ, ਇਹ ਲੋਕ ਜਾ ਕੇ ਵੱਡੇ ਵੱਡੇ ਇਕੱਠ ਕਰਦੇ ਨੇ, ਸ਼ੋਅ ਕਰਦੇ ਨੇ ਜੀ, ਉਸ ਤਰ੍ਹਾਂ ਦੇ ਇਕੱਠ ਕੀਤੇ ਜਾਂਦੇ ਨੇ, ਤੇ ਮੀਡੀਆ ਦੇ ਵਿੱਚ ਚਰਚਾ ਇਕੱਠਾਂ ਦੀ, ਜਿਵੇਂ ਰੌਕ ਸਟਾਰ ਵਾਲੀ ਜਾਣੀ ਕਿ ਜਿਹੜੀ ਹੁੰਦੀ ਆ ਇਮੇਜ, ਉਹ ਹਿਸਾਬ ਦੇ ਨਾਲ ਇਹਦਾ ਪ੍ਰਚਾਰ ਕੀਤਾ ਜਾਂਦਾ ਜੀ, ਇਹਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ, ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਹ ਵਿਖਾਇਆ ਜਾਂਦਾ ਵੀ ਬੜੀ ਵੱਡੀ ਕਾਮਯਾਬੀ ਜਾਣੀ ਕਿ ਇਹ ਦੌਰੇ ਦੀ ਰਹੀ ਆ, ਕਿਉਂਕਿ ਇੰਨੇ ਲੋਕ ਉਹਨੂੰ ਸੁਣਨ ਆਏ ਆ, ਉਹਨਾਂ ਨੇ ਇੱਦਾਂ ਦੇ ਜਜ਼ਬਾਤ ਪ੍ਰਗਟ ਕੀਤੇ ਆ ਜੀ। ਪਰ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਅਮਰੀਕਾ ਦੇ ਵਿੱਚ ਵੀ ਜਦੋਂ ਇਹਦਾ ਦੌਰਾ ਹੋਇਆ, ਕਿਸੇ ਵੀ ਹਿੰਦੁਸਤਾਨ ਦੇ ਮੀਡੀਆ ਨੇ ਇਹ ਨਹੀਂ ਗੱਲ ਕੀਤੀ ਵੀ ਉਹਦਾ ਦੌਰਾ ਹਿੰਦੁਸਤਾਨ ਦੀ ਆਮ ਆਵਾਮ ਦੇ ਲਈ ਕੀ ਕਾਮਯਾਬੀਆਂ ਲੈ ਕੇ ਆਇਆ, ਕਿੰਨੇ ਉਹਨੇ ਸਮਝੌਤੇ ਕੀਤੇ ਜਿਹੜੇ ਉੱਥੋਂ ਦੇ ਆਮ ਲੋਕ ਨੇ, ਜਿੱਥੇ 70-80% ਲੋਕ ਹਜੇ ਵੀ ਮੁੱਢਲੀਆਂ ਸਹੂਲਤਾਂ ਤੋਂ ਥੱਲੇ ਰਹਿ ਰਹੇ ਨੇ, ਉਹਨਾਂ ਦਾ ਜੀਵਨ ਆ ਜਿਹੜਾ ਉਸ ਨੂੰ ਉੱਚ ਪੱਧਰ ਤੇ ਲਿਆਉਣ ਦੇ ਲਈ ਜਾਂ ਜੀਵਨ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਬੇਸਿਕਸ ਨੇ ਉਹ ਮੁਹੱਈਆ ਕਰਾਉਣ ਦੇ ਲਈ ਕੀ ਉਹਦੇ ਕੋਲ ਯੋਜਨਾ ਵਾ ਜੀ, ਕੀ ਅੱਗੇ ਉਹ ਕੰਮ ਕਰੂਗਾ, ਉਹਨਾਂ ਗੱਲਾਂ ਦੀ ਗੱਲ ਕੋਈ ਨੀ ਕਰਦਾ, ਤੇ ਨਾ ਹੀ ਉੱਥੇ ਕੋਈ ਵੱਡੀ ਇਹਦੇ ਵੱਲੋਂ ਪ੍ਰਾਪਤੀ ਉੱਦਾਂ ਦੀ ਜਿਹਨੂੰ ਆਪਾਂ ਕੂਟਨੀਤਿਕ ਪ੍ਰਾਪਤੀ ਕਹਿੰਦੇ ਹਾਂ ਉਹ ਕੀਤੀ ਗਈ ਸੀ ਜੀ। ਉਸੇ ਤਰ੍ਹਾਂ ਆਸਟ੍ਰੇਲੀਆ ਦੇ ਵਿੱਚ ਵੀ ਹਜੇ ਤੱਕ ਰੌਲਾ ਬਹੁਤ ਸੀ, ਵੱਡੇ ਪੱਧਰ ਤੇ ਸਿਡਨੀ ਵਿੱਚ ਓਲੰਪਿਕ ਸਟੇਡੀਅਮ ਦੇ ਵਿੱਚ ਇਹਨਾਂ ਵੱਲੋਂ ਇਕੱਠ ਵੀ ਕੀਤਾ ਗਿਆ, ਹਾਂਜੀ, ਵੱਡੇ ਪੱਧਰ ਤੇ ਉਹਦੇ ਲਈ ਪ੍ਰਚਾਰ ਕੀਤਾ ਗਿਆ, ਮੈਲਬੋਰਨ ਸ਼ਹਿਰ ਤੋਂ ਇੱਥੇ ਗੱਡੀ ਲਿਆਂਦੀ ਗਈ, ਪ੍ਰਚਾਰ ਇਹ ਕਰ ਦਿੱਤਾ ਗਿਆ ਵੀ ਇੱਕ ਟ੍ਰੇਨ ਆ ਰਹੀ ਆ ਬਹੁਤ ਵੱਡੀ ਜਿਹਦਾ ਨਾਮ ਮੋਦੀ ਐਕਸਪ੍ਰੈਸ ਆ, ਹਾਂਜੀ, ਟ੍ਰੇਨ ਦੇ ਵਿੱਚ ਸਾਰੀ ਟ੍ਰੇਨ ਹੀ ਉਹਦੇ ਜਾਣੀ ਕਿ ਪ੍ਰਸ਼ੰਸਕਾਂ ਨਾਲ ਭਰੀ ਹੋਈ ਆ, ਪਰ ਜਦੋਂ ਉਹਦੀ ਤਰਤੀਬ ਦੇ ਵਿੱਚ ਜਾ ਕੇ ਜਾਣਕਾਰੀ ਹਾਸਲ ਕੀਤੀ ਤਾਂ ਸਿਰਫ 4 ਡੱਬੇ ਵਾਲੀ ਟ੍ਰੇਨ ਜਿਹਦੇ ਵਿੱਚ 200 ਬੰਦਾ ਲਿਆਂਦਾ ਗਿਆ ਮੈਲਬੋਰਨ ਕੋਲ, ਇੱਥੇ ਉਹਦਾ ਪ੍ਰਚਾਰ ਆ ਜਿਹੜਾ ਮੀਡੀਆ ਦੇ ਵਿੱਚ ਇੱਕ ਟ੍ਰੇਨ ਦੇ ਰੂਪ ਚ ਕੀਤਾ ਗਿਆ, ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਮੀਡੀਆ ਵਾ ਇਸ ਗੱਲ ਦੀ ਜਿਹੜਾ ਪ੍ਰਭਾਵ ਆ ਲੋਕਾਂ ਦੇ ਵਿੱਚ ਬਣਾਉਣ ਦਾ ਯਤਨ ਕਰਦਾ ਰਿਹਾ ਕਰ ਰਿਹਾ ਵਾ, ਹਾਂਜੀ, ਨਹੀਂ ਜੀ ਉਹ ਤਾਂ ਬਹੁਤ ਵੱਡਾ ਇੱਕ ਰੌਕ ਸਟਾਰ ਆ, ਦੁਨੀਆ ਉਹਦੀ ਦੀਵਾਨੀ ਹੋਈ ਫਿਰਦੀ ਆ, ਲੋਕਾਂ ਦੇ ਮਨ ਦੇ ਵਿੱਚ ਬੜੀ ਸ਼ਰਧਾ, ਬੜੀ ਇੱਜ਼ਤ ਆ ਜੀ, ਬੜੀ ਉਹਦੀ ਸ਼ਖਸੀਅਤ ਆ ਜਿਹੜੀ ਖਿੱਚਵੀ ਆ, ਹਾਂਜੀ, ਤੇ ਇਹਨਾਂ ਸਾਰੀਆਂ ਗੱਲਾਂ ਦੇ ਬਾਰੇ ਦੇ ਵਿੱਚ ਜੋ ਹਿੰਦੁਸਤਾਨ ਦੀਆਂ ਅਲੱਗ ਅਲੱਗ ਹਕੂਮਤਾਂ ਦਾ, ਜੋ ਦਿੱਲੀ ਦਾ ਸਿੱਖਾਂ ਪ੍ਰਤੀ ਜਾਂ ਹੋਰ ਘੱਟ ਗਿਣਤੀਆਂ ਪ੍ਰਤੀ ਜਾਂ ਲਤਾੜੇ ਵਰਗਾਂ ਪ੍ਰਤੀ ਰਵੱਈਆ ਰਿਹਾ ਤੇ ਹੁਣ ਵੀ ਹੈ ਜੀ, ਉਹਦੇ ਸਾਰੇ ਦੇ ਬਾਰੇ ਦੇ ਵਿੱਚ ਇੱਥੋਂ ਦੇ ਮੀਡੀਆ ਨੂੰ ਆਗਾਹ ਕਰਾਉਣ ਵਾਸਤੇ, ਇੱਥੋਂ ਦੇ ਲੋਕਾਂ ਨੂੰ ਜਾਣਕਾਰੀ ਦੇਣ ਵਾਸਤੇ ਸਿੱਖ ਜਥੇਬੰਦੀਆਂ ਨੇ ਜੀ ਉਹਨਾਂ ਵੱਲੋਂ ਸਿਡਨੀ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ, ਉਹੀ ਥਾਂ ਤੇ ਜਿੱਥੇ ਇਹਦੇ ਵੱਲੋਂ ਜਿਹਨੂੰ ਕਹਿ ਲਓ ਵੀ ਅਡੰਬਰ ਵਾਲਾ ਡਰਾਮਾ ਕੀਤਾ ਜਾ ਰਿਹਾ ਸੀ ਸਟੇਡੀਅਮ ਦੇ ਵਿੱਚ, ਓਲੰਪਿਕ ਸਟੇਡੀਅਮ ਦੇ ਵਿੱਚ, ਉਹ ਸਟੇਡੀਅਮ ਦੇ ਬਾਹਰ ਦੂਜੇ ਪਾਸੇ ਸੜਕ ਤੇ ਸਿੱਖ ਜਥੇਬੰਦੀਆਂ ਖੜ ਕੇ
ਪੂਰੇ ਯਾਨੀ ਕਿ ਪੁੰਨ ਅੰਮ੍ਰਿਤ ਤਰੀਕੇ ਦੇ ਨਾਲ ਆਪਦੀ ਗੱਲ ਆ ਜਿਹੜੀ ਉਹ ਦੁਨੀਆਂ ਤੱਕ ਪਹੁੰਚਾ ਰਹੀਆਂ ਸਨ, ਜਿਹਨੂੰ ਯਾਨੀ ਕਿ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੰਗਤਾਂ ਵੱਲੋਂ ਹੁੰਗਾਰਾ ਮਿਲਿਆ। ਇੱਥੇ ਇੱਕ ਗੱਲ ਦਾ ਮੈਂ ਚੇਤੇ ਤੌਰ ਤੇ ਤੁਹਾਡਾ ਮੈਂ ਜ਼ਿਕਰ ਕਰਨਾ ਚਾਹੁੰਦਾ ਹਾਂਜੀ ਕਿ ਜਿਹੜੀਆਂ ਸਾਡੀਆਂ ਇੱਥੋਂ ਦੀਆਂ ਮੋਹਰੀ ਸੰਸਥਾਵਾਂ ਨੇ ਵਿਦੇਸ਼ਾਂ ਦੇ ਵਿੱਚ ਸਿੱਖਾਂ ਦੀਆਂ ਕੀ ਮੋਹਰੀ ਸੰਸਥਾਵਾਂ ਨੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, ਹਾਂਜੀ ਉਹ ਜਿਹੜੀਆਂ ਇੱਥੋਂ ਦੀਆਂ ਪ੍ਰਮੁੱਖ ਗੁਰੂ ਘਰਾਂ ਦੀਆਂ ਕਮੇਟੀਆਂ ਨੇ। ਠੀਕ ਆ ਵੀ ਗੁਰੂ ਘਰਾਂ ਦੇ ਮੈਂਬਰ ਅਸੀਂ ਵੀ ਹਾਂ, ਕੁੱਝ ਲੋਕ ਜਿਹੜੇ ਅਹੁਦੇਦਾਰ ਨੇ ਉਹ ਵੀ ਸਾਡੇ ਨਾਲ ਤੁਰੇ, ਕਮੇਟੀਆਂ ਨੇ ਆਪਦੇ ਰੂਪ ਦੇ ਵਿੱਚ ਇਹ ਗੱਲ ਦੇ ਵਿੱਚ ਸ਼ਾਮਿਲ ਹੋਣ ਤੋਂ ਕੰਨੀ ਕਤਰਾਈ। ਉਹਨਾਂ ਵੱਲੋਂ ਕੁੱਝ ਲੋਕਾਂ ਵੱਲੋਂ ਏਦਾਂ ਦਾ ਯਤਨ ਕੀਤਾ ਗਿਆ ਸੀ ਪਹਿਲਾਂ ਵੀ ਮੋਦੀ ਨੂੰ ਮਿਲ ਕੇ ਕਿਸੇ ਤਰ੍ਹਾਂ ਦੀ ਪਟੀਸ਼ਨ ਦਿੱਤੀ ਜਾਵੇ ਜਾਂ ਮੈਮੋਰੈਂਡਮ ਦਿੱਤਾ ਜਾਵੇ, ਹਾਂਜੀ, ਤੇ ਉਹਨਾਂ ਨੇ ਇਹਦੇ ਲਈ ਜਿਹੜਾ ਭਾਰਤ ਦਾ ਇੱਥੇ ਕੌਂਸਲੇਟ ਆ ਉਹਦੇ ਨਾਲ ਵੀ ਗੱਲਬਾਤ ਕੀਤੀ, ਰਾਬਤਾ ਬਣਾਇਆ। ਪਰ ਇੱਕ ਇਹ ਜਾਣਕਾਰੀ ਹੁਣ ਬਾਹਰ ਆ ਹੀ ਚੁੱਕੀ ਆ, ਜਿਹੜਾ ਸਿਡਨੀ ਵਾਲਾ ਪ੍ਰੋਗਰਾਮ ਆ ਇਹ ਜਿਹੜਾ ਭਾਰਤ ਦੇ ਇੱਥੇ ਦੂਤਾਵਾਸ ਦੇ ਅਧਿਕਾਰੀ ਨੇ ਉਹਨਾਂ ਵੱਲੋਂ ਨੀ ਕੀਤਾ ਗਿਆ, ਹਿੰਦੂ ਕੌਂਸਲ ਨੂੰ ਇਹਨਾਂ ਨੇ ਸੌਂਪਿਆ ਸੀ। ਤੇ ਬੀਜੇਪੀ ਦੀ ਜਿਹੜੀ ਐਕਸਟੈਂਡਡ ਫੈਮਿਲੀ ਆ ਜਿਹੜੀਆਂ ਉਹਦੀਆਂ ਸਹਾਇਕ ਜਥੇਬੰਦੀਆਂ ਨੇ ਉਹਨਾਂ ਨੇ ਰਲ ਮਿਲ ਕੇ ਇੱਕ ਨਵੀਂ ਸੰਸਥਾ ਬਣਾਈ, ਉਹਦੇ ਥੱਲੇ ਇਹ ਜਿਹੜਾ ਪ੍ਰੋਗਰਾਮ ਕਰਵਾਇਆ ਗਿਆ। ਤੇ ਉਹਨਾਂ ਨੇ ਦੂਤਾਵਾਸ ਦੇ ਅਧਿਕਾਰੀਆਂ ਨੇ ਇਹਨਾਂ ਲੋਕਾਂ ਨੂੰ ਸਪਸ਼ਟ ਠੋਕ ਕੇ ਜਵਾਬ ਦਿੱਤਾ ਵੀ ਨਹੀਂ ਅਸੀਂ ਤਾਂ ਪ੍ਰਬੰਧ ਹੀ ਨੀ ਕਰ ਰਹੇ, ਤੇ ਉਹਨਾਂ ਨੇ ਕਹਿ ਲਓ ਜਿਵੇਂ ਆਪਾਂ ਪੰਜਾਬੀ ਚ ਕਹਿਣਾ ਵੀ ਇਹਨਾਂ ਲੋਕਾਂ ਨੂੰ ਪੱਠੇ ਨੀ ਪਾਏ। ਹਾਂਜੀ ਜੀ। ਤੇ ਹੁਣ ਇਹ ਮੈਲਬੋਰਨ ਦੇ ਵਿੱਚ ਜਿਹੜਾ ਉੱਥੇ ਕ੍ਰਿਕਟ ਗਰਾਊਂਡ ਆ ਉਹਦੇ ਬਾਹਰ ਇਹਦਾ ਉਹਦੇ ਵਿੱਚ ਸਮਾਗਮ ਆ ਅੱਜ ਸ਼ਾਮ ਨੂੰ, ਉੱਥੇ ਵੀ ਆਪਣੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਉਹਨਾਂ ਵੱਲੋਂ ਇਹਦੇ ਵਿੱਚ ਇਹਦੇ ਬਾਰੇ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ, ਵਿਰੋਧ ਮੁਜ਼ਾਹਰਾ ਕੀਤਾ ਜਾ ਰਿਹਾ ਮੋਦੀ ਦੇ ਬਾਰੇ ਚ। ਹਾਂਜੀ ਤੇ ਵੀਰ ਜੀ, ਆਮ ਸੋਰੀ ਆਈ ਵੁਡ ਲਾਈਕ ਟੂ ਆਸਕ ਯੂ ਆਲਸੋ, ਜਿਸ ਤੁਸੀਂ ਗੱਲ ਕੀਤੀ ਆ ਕਿ ਜਦੋਂ ਅਮਰੀਕਾ ਇਸ ਨੇ ਕੋਈ ਸਮਝੌਤੇ ਦੀ ਗੱਲਬਾਤ ਨਹੀਂ ਕੀਤੀ, ਜੋ ਈਵਨ ਲਾਈਕ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦਾ ਕਾਫੀ ਅਸਫਲ ਦੌਰਾ ਰਿਹਾ, ਐਜ਼ ਯੂ ਆਲਰੇਡੀ ਟੋਲਡ ਅਸ ਕਿ 200 ਲੋਕ ਹੀ ਸੀਗੇ ਟ੍ਰੇਨ ਦੇ ਵਿੱਚ ਮੋਦੀ ਐਕਸਪ੍ਰੈਸ ਦੇ ਵਿੱਚ। ਸੋ ਇਟ ਟੈਲਸ ਯੂ ਕਿ ਇਹ ਸਾਰੇ ਜਿਹੜੇ ਲੋਕ ਇਹਨੇ ਪੈਸੇ ਨਾਲ ਖਰੀਦੇ ਹੁੰਦੇ ਆ, ਉਹਨਾਂ ਨੂੰ ਹੀ ਆਪਣਾ ਸਫਲ ਦੌਰਾ ਦਿਖਾਉਣ ਲਈ, ਲੋਕਾਂ ਨੂੰ ਦਿਖਾਉਣ ਲਈ ਇਹ ਲੋਕ ਖੜੇ ਕਰ ਦਿੰਦੇ ਮੋਹਰੇ। ਪਰ ਜਿਸ ਤਰ੍ਹਾਂ ਇਹ ਕਿ ਇਹਨਾਂ ਨੇ ਆਸਟ੍ਰੇਲੀਆ ਦੀ ਸਰਕਾਰ ਨਾਲ ਮਿਲ ਕੇ ਕੋਈ ਸਮਝੌਤੇ ਜਾਂ ਫਿਰ ਕੋਈ ਹੋਰ ਚੀਜ਼ ਗੱਲਬਾਤ ਕੀਤੀ ਹੈ, ਇਸ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਦੱਸੋ। ਮੈਂ ਉਹੀ ਬੇਨਤੀ ਅੱਜ ਪਹਿਲਾਂ ਕਰ ਰਿਹਾ ਸੀ ਕਿ ਕੋਈ ਵੀ ਜਿਹੜਾ ਰਾਜਸੀ ਅਧਿਕਾਰੀ ਆ, ਰਾਜਸੀ ਆਗੂ ਆ ਜੀ, ਜਾਂ ਕਿਸੇ ਸਰਕਾਰ ਦਾ ਮੁਖੀ ਆ ਜਾਂ ਸਰਕਾਰ ਦਾ ਕੋਈ ਹਿੱਸਾ ਜਦੋਂ ਬਾਹਰ ਜਾਂਦਾ ਵਿਦੇਸ਼ਾਂ ਦੇ ਵਿੱਚ, ਹਾਂਜੀ, ਉਹਦੀ ਜਿਹੜੀ ਪ੍ਰਾਪਤੀ ਆ ਇਹ ਗੱਲ ਤੇ ਕੀਤੀ ਜਾਂਦੀ, ਉਹਨੇ ਕੀ ਸਮਝੌਤੇ ਕੀਤੇ, ਕੀ ਡੀਲਸ ਕੀਤੀਆਂ, ਉਦਾਂ ਦੀ ਗੱਲ ਦਾ ਤਾਂ ਮੋਦੀ ਦਾ ਕਦੇ ਪ੍ਰਚਾਰ ਹੀ ਨਹੀਂ ਕੀਤਾ ਜਾਂਦਾ ਜੀ। ਇੱਥੇ ਜਿਹੜੀ ਆਮ ਤੌਰ ਤੇ ਜਿਹੜੇ ਇੱਥੇ ਵੱਸਦੇ ਹਿੰਦੁਸਤਾਨੀਆਂ ਵੱਲੋਂ ਇੱਕ ਮੰਗ ਕੀਤੀ ਜਾਂਦੀ ਸੀ ਔਨ ਅਰਾਈਵਲ ਵੀਜ਼ੇ ਦੀ, ਹਾਂਜੀ, ਜਾਂ ਸਹੀ ਤਰੀਕੇ ਦੇ ਨਾਲ ਦੂਰੀ ਨਾਗਰਿਕਤਾ ਦੀ, ਉਹਦੇ ਬਾਰੇ ਦੇ ਵਿੱਚ ਵੀ ਉਹਨੇ ਸਿਰਫ ਲਾਰਾ ਹੀ ਲਾਇਆ, ਇਹਨਾਂ ਨੂੰ ਕੋਈ ਐਲਾਨ ਨਹੀਂ ਕੀਤਾ। ਹਾਂਜੀ, ਉਹਨੇ ਕਿਹਾ ਵੀ ਇਹ ਤੇ ਵਿਚਾਰ ਹੋ ਰਹੀ ਆ ਜੀ, ਤੇ ਜਿੱਥੋਂ ਤੱਕ ਆਸਟ੍ਰੇਲੀਆ ਨਾਲ ਸਮਝੌਤਿਆਂ ਦੀ ਗੱਲ ਆ ਉਹਦੇ ਵਿੱਚ ਹਜੇ ਤੱਕ ਕੋਈ ਜਾਣੀ ਕਿ ਵੱਡੀ ਕਾਮਯਾਬੀ ਨਜ਼ਰ ਨਹੀਂ ਆ ਰਹੀ। ਹਾਂ, ਇੱਕ ਜ਼ਰੂਰ ਕਾਮਯਾਬੀ ਜਿਹੜੀ ਕੁਝ ਚਰਚਾ ਦਾ ਵਿਸ਼ਾ ਵੀ ਬਣੀ ਆ ਜੀ, ਤੇ ਜਿਹੜੇ ਲੱਗਦਾ ਵੀ ਕਾਮਯਾਬ ਸ਼ਾਇਦ ਉਹ ਬੰਦੇ ਹੋ ਵੀ ਜਾਣਗੇ। ਹਾਂਜੀ, ਤੁਹਾਨੂੰ ਪਤਾ ਹੋਊਗਾ ਗੌਤਮ ਅਦਾਨੀ ਕਰਕੇ ਹਿੰਦੁਸਤਾਨ ਦੇ ਸਨਅਤਕਾਰ ਨੇ, ਉਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਕੋਲੇ ਦੀਆਂ ਜਿਹੜੀਆਂ ਖਾਨਾਂ ਨੇ ਉਹਨਾਂ ਦੇ ਵਿੱਚ ਪੈਸਾ ਲੱਗਿਆ ਹੋਇਆ। ਹਾਂਜੀ, ਉਹਨਾਂ ਨੇ ਖਾਨਾਂ ਦੇ ਪਸਾਰ ਦੇ ਲਈ ਜਾਂ ਕਹਿ ਲਓ ਉਹਨਾਂ ਦੇ ਵਾਧੇ ਦੇ ਲਈ ਕਾਫੀ ਲੰਬੇ ਸਮੇਂ ਤੋਂ ਯਤਨ ਕਰ ਰਹੇ ਸੀ ਜੀ, ਉਹਦੇ ਵਿੱਚ ਉਹਨਾਂ ਨੂੰ ਹੋ ਸਕਦਾ ਕੋਈ ਫਾਇਦਾ ਹੋ ਜਾਵੇ, ਏਦਾਂ ਦੀ ਗੱਲਬਾਤ ਹੋਵੇ ਤਾਂ ਭਵਿੱਖ ਦੇ ਵਿੱਚ ਹੋ ਸਕਦੀ ਆ। ਹਾਂਜੀ, ਆਮ ਲੋਕਾਂ ਦੇ ਲਈ ਕੀ ਸਮਝੌਤਾ ਹੋਇਆ, ਕੀ ਪ੍ਰਾਪਤੀ ਹੋਈ ਜੀ, ਇਹਦੇ ਬਾਰੇ ਹਜੇ ਤੱਕ ਖੁੱਲ ਕੇ ਕੋਈ ਅਨਾਊਂਸਮੈਂਟ ਜਾਂ ਕੋਈ ਐਲਾਨ ਨਹੀਂ ਹੋਇਆ ਜੀ। ਜੀ, ਵੈਲ ਥੈਂਕ ਯੂ ਸੋ ਮਚ ਵੀਰ ਜੀ ਕਿ ਤੁਸੀਂ ਇਸ ਜਿਹੜਾ ਪ੍ਰੋਟੈਸਟ ਕਰਤਾ ਜਾਂ ਵਿਖਾਵਾ ਕੀਤਾ ਇਸ ਬਾਰੇ ਜਾਣਕਾਰੀ ਦਿੱਤੀ। ਵੀ ਹੈਵ 3 ਮਿੰਟਸ ਲੈਫਟ, ਸੋ ਜਿਸ ਤਰ੍ਹਾਂ ਤੁਸੀਂ ਦਰਸ਼ਕਾਂ ਦੇ ਰੂਬਰੂ ਹੋ, ਆਈ ਵੁੱਡ ਲਾਈਕ ਟੂ ਐਸਕ ਕਿ ਤੁਸੀਂ ਕੌਮੀ ਆਵਾਜ਼ ਰੇਡੀਓ ਰਾਹੀਂ ਨਾ ਸਿਰਫ ਆਸਟ੍ਰੇਲੀਆ ਦੇ ਵਿੱਚ ਬਲਕਿ ਦੁਨੀਆ ਭਰ ਦੇ ਵਿੱਚ ਸਿੱਖਾਂ ਨੂੰ ਕੌਮੀ ਮਸਲਿਆਂ ਦੇ ਸੰਬੰਧੀ ਜਾਗਰੂਕ ਕਰ ਰਹੇ ਹੋ, ਆਪਣੇ ਇਸ ਰੇਡੀਓ ਪ੍ਰੋਗਰਾਮ ਸੰਬੰਧੀ ਵੇਰਵੇ ਦੇ ਨਾਲ ਦੱਸੋ ਵਿਦ ਇਨ 3 ਮਿੰਟਸ। ਆਲਸੋ TV84 ਦੇ ਦਰਸ਼ਕਾਂ ਨੂੰ ਉਹ ਨੰਬਰ ਵੀ ਦਿਓ ਜਿਸ ਦੇ ਨਾਲ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਇਸ ਕੌਮੀ ਆਵਾਜ਼ ਰੇਡੀਓ ਨੂੰ ਸੁਣ ਸਕੀਏ। ਦੇਖੋ ਭੈਣ ਜੀ, ਕੌਮੀ ਆਵਾਜ਼ ਰੇਡੀਓ ਜਦੋਂ ਅਸੀਂ ਇੱਥੇ ਸ਼ੁਰੂ ਕੀਤਾ ਸੀ ਉਹਨੂੰ ਸ਼ੁਰੂ ਕਰਨ ਦਾ ਮਕਸਦ ਇੱਕੋ ਹੀ ਸੀ ਕਿ ਇੱਥੇ ਜਾਂ ਜਿਸ ਤਰ੍ਹਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਕੋਈ ਆਪਦਾ ਮੀਡੀਆ ਨਹੀਂ ਗਾ, ਜਿਹੜੇ ਕੁਝ ਮੀਡੀਏ ਪੰਜਾਬ ਦੇ ਵਿੱਚ ਚੱਲਦੇ ਨੇ ਹਾਂਜੀ ਉਹ ਬਹੁਤੇ ਪੱਧਰ ਦੇ ਉੱਤੇ ਵਪਾਰੀ ਲੋਕਾਂ ਨਾਲ ਸੰਬੰਧਿਤ ਨੇ, ਵਪਾਰੀ ਲੋਕ ਆਪਦੇ ਵਪਾਰ ਦਾ ਹਿੱਤ ਦੇਖ ਕੇ ਹਾਂਜੀ ਉਦਾਂ ਦੀ ਗੱਲ ਕਰਦੇ ਆ ਜਿੱਦਾਂ ਦੀ ਗੱਲ ਉਹਨਾਂ ਨੂੰ ਵਪਾਰ ਦੇ ਲਈ ਜਾਂ ਉਹਨਾਂ ਦੇ ਵਪਾਰ ਦੇ ਵਾਧੇ ਲਈ ਬਾਰਾ ਖਾਂਦੀ ਹੋਵੇ। ਹਾਂਜੀ, ਅਸੀਂ ਕੌਮੀ ਮਸਲਿਆਂ ਦੇ ਉੱਤੇ ਸਿੱਖਾਂ ਨੂੰ ਜਾਗਰੂਕ ਕਰਨ ਵਾਸਤੇ, ਸਿੱਖ ਇਤਿਹਾਸ ਦੇ ਬਾਰੇ, ਸਿੱਖ ਵਿਰਸੇ ਦੇ ਬਾਰੇ ਸਿੱਖਾਂ ਨੂੰ ਜਾਣਕਾਰੀ ਦੇਣ ਵਾਸਤੇ
ਦੁਨੀਆ ਭਰ ਦੇ ਵਿੱਚ ਵਾਪਰ ਰਹੀਆਂ ਅਲੱਗ ਅਲੱਗ ਘਟਨਾਵਾਂ ਨੂੰ ਸਿੱਖ ਨਜ਼ਰੀਏ ਤੋਂ ਸਮਝਣ ਤੇ ਉਹਨਾਂ ਬਾਰੇ ਸੋਚਣ ਦੇ ਹਾਂਜੀ ਜਾਣੀ ਕਿ ਮਕਸਦ ਨੂੰ ਲੈ ਕੇ ਇਹ ਰੇਡੀਓ ਪ੍ਰੋਗਰਾਮ ਸ਼ੁਰੂ ਕੀਤਾ ਸੀ। ਜਿਹੜੀ ਸ਼ੁਰੂਆਤ ਸੀ ਉਹ ਅਸੀਂ ਮੈਲਬੋਰਨ ਦੇ ਵਿੱਚ ਜਿਹੜਾ ਚਾਰ ਘੰਟੇ ਆਪਣਾ ਕਮਿਊਨਿਟੀ ਪ੍ਰੋਗਰਾਮ ਹੁੰਦਾ ਵਾ ਹਾਂਜੀ AM ਤੇ FM ਤੇ ਚੱਲਦਾ ਉਹ ਤੋਂ ਕੀਤੀ ਸੀ। ਬਾਅਦ ਦੇ ਵਿੱਚ ਅਸੀਂ ਉਹਨੂੰ 24 ਆਵਰ ਆਨਲਾਈਨ ਰੇਡੀਓ ਦੇ ਵਿੱਚ ਤਬਦੀਲ ਕਰਤਾ। ਤੁਹਾਡਾ ਬਹੁਤ ਸਹਿਯੋਗ ਰਿਹਾ TV84 ਦਾ ਸਾਰੇ ਮਾਮਲੇ ਦੇ ਵਿੱਚ। ਅਸੀਂ ਤੁਹਾਡੇ ਵੀ ਕੁਝ ਪ੍ਰੋਗਰਾਮ ਨੇ ਜਿਹੜੇ ਹਰ ਰੋਜ਼ ਜਿਵੇਂ ਡਾਕਟਰ ਸਾਹਿਬ ਦਾ ਪ੍ਰੋਗਰਾਮ ਆ ਸੱਚ ਸੱਚ ਤੇ ਹੋਰ ਪ੍ਰੋਗਰਾਮ ਉਹ ਨਾਲੋ ਨਾਲ ਹੀ ਪ੍ਰਸਾਰਿਤ ਕੀਤੇ ਜਾਂਦੇ ਆ ਕੌਮੀ ਆਵਾਜ਼ ਦੇ ਉੱਤੇ ਵੀ ਜੀ। ਤੇ ਬਾਕੀ ਸਾਡੀ ਜਿਹੜੀ ਭਰਪੂਰ ਕੋਸ਼ਿਸ਼ ਆ ਕਿ ਇੱਕ ਸਥਾਪਿਤ ਜਿਹੜਾ ਮੀਡੀਆ ਵਾ ਕੌਮੀ ਮੀਡੀਆ ਹਾਂਜੀ ਉਹ ਸਥਾਪਿਤ ਕੀਤਾ ਜਾ ਸਕੇ ਤਾਂ ਕਿ ਸਿੱਖਾਂ ਕੋਲੇ ਵੀ ਕੋਈ ਆਪਦੀ ਗੱਲ ਕਰਨ ਵਾਲਾ ਜਾਂ ਉਹਨਾਂ ਦੇ ਪੱਖ ਤੋਂ ਗੱਲ ਕਰਨ ਵਾਲਾ ਕੋਈ ਮੀਡੀਆ ਹੋਵੇ, ਕੋਈ ਏਦਾਂ ਦਾ ਮੀਡੀਆ ਅਦਾਰਾ ਹੋਵੇ ਜਿਹੜਾ ਸਿੱਖ ਐਂਗਲ ਤੋਂ ਸਾਰੇ ਮਸਲਿਆਂ ਬਾਰੇ ਸਿੱਖ ਕੌਮ ਨੂੰ ਜਾਣਕਾਰੀ ਦੇ ਸਕੇ ਜੀ। ਉਹਨਾਂ ਦਾ ਜਾਂ ਇਤਿਹਾਸ ਆ ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਦੇ ਸਕੇ, ਵਿਰਸੇ ਬਾਰੇ ਜਾਣਕਾਰੀ ਦੇ ਸਕੇ, ਦੁਨੀਆ ਭਰ ਦੇ ਵਿੱਚ ਵਾਪਰ ਰਹੀਆਂ ਅਲੱਗ ਅਲੱਗ ਘਟਨਾਵਾਂ ਦਾ ਕਿਸ ਤਰ੍ਹਾਂ ਸਾਡੀ ਕੌਮ ਤੇ ਪ੍ਰਭਾਵ ਪੈਂਦਾ ਤੇ ਕਿਸ ਤਰ੍ਹਾਂ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਸਮਝਣਾ ਚਾਹੀਦਾ ਉਹ ਨਜ਼ਰੀਆ ਸਾਰਾ ਪੇਸ਼ ਕਰ ਸਕੇ। ਹਾਂਜੀ ਏਦਾਂ ਦਾ ਉਦਮ ਅਸੀਂ ਰਲ ਮਿਲ ਕੇ ਸਾਰੇ ਭਰਾ ਕਰ ਰਹੇ ਹਾਂ ਤੇ ਉਹਦੇ ਲਈ ਸਾਡੀ ਕੌਮੀ ਆਵਾਜ਼ ਦੀ ਜਿਹੜੀ ਐਪਲੀਕੇਸ਼ਨ ਵੀ ਹੈ ਜਿਹੜੀ ਸਾਰੇ ਮੋਬਾਈਲ ਫੋਨਾਂ ਦੇ ਉੱਤੇ ਜਿਵੇਂ ਆਪਾਂ ਅੱਜ ਕੱਲ੍ਹ ਜ਼ਿਆਦਾ ਤੁਹਾਨੂੰ ਪਤਾ ਵੀ ਸਮਾਰਟ ਫੋਨ ਦਾ ਜ਼ਮਾਨਾ ਉਹਦੇ ਉੱਤੇ ਡਾਊਨਲੋਡ ਕੀਤੀ ਜਾ ਸਕਦੀ ਹੈ ਕੌਮੀ ਆਵਾਜ਼ ਦੀ ਐਪਲੀਕੇਸ਼ਨ ਉਹਦੇ ਤੋਂ ਸੁਣਿਆ ਜਾ ਸਕਦਾ। ਹਾਂਜੀ ਕੌਮੀ ਆਵਾਜ਼ ਦੇ ਫੇਸਬੁੱਕ ਪੇਜ ਤੇ ਵੈਬਸਾਈਟ ਤੇ ਨੰਬਰ ਵੀ ਉਪਲਬਧ ਕਰਾਏ ਗਏ ਨੇ ਜਿਹਨਾਂ ਨੰਬਰਾਂ ਦੇ ਉੱਤੇ ਟੈਲੀਫੋਨ ਕਰਕੇ ਸ਼ਮੂਲੀਅਤ ਵੀ ਕੀਤੀ ਜਾ ਸਕਦੀ ਆ। ਦੋ ਤਰ੍ਹਾਂ ਦੇ ਨੰਬਰ ਨੇ, ਇੱਕ ਉਹ ਨੰਬਰ ਨੇ ਜੇ ਤੁਸੀਂ ਕਾਲ ਕਰਨੀ ਆ ਦੇਸ਼ਾਂ ਵਿਦੇਸ਼ਾਂ ਚੋਂ ਹਾਂਜੀ ਕਾਲ ਕਰ ਸਕੋ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕੋ। ਦੂਜੇ ਨੰਬਰ ਨੇ ਜਿਹੜੇ ਸਿਰਫ ਸੁਣਨ ਵਾਸਤੇ ਨੇ, ਹਾਂਜੀ ਉਹਨਾਂ ਦੀ ਜਿਹੜੀ ਜਾਣਕਾਰੀ ਆ ਸਾਡੀ ਕੌਮੀ ਆਵਾਜ਼ ਰੇਡੀਓ ਦੀ ਜਿਹੜੀ ਵੈਬਸਾਈਟ ਆ ਤੇ ਫੇਸਬੁੱਕ ਪੇਜ ਆ ਉਹ ਤੇ ਉਪਲਬਧ ਆ। ਅਲੱਗ ਅਲੱਗ ਮੁਲਕਾਂ ਦੇ ਲਈ ਉਹ ਅਲੱਗ ਅਲੱਗ ਜਾਣਕਾਰੀ ਆ। ਜੇ ਵੀਰਾਂ ਕੋਲ ਕੋਈ ਸਮਾਰਟ ਫੋਨ ਹੈ ਜਾਂ ਟੈਬਲੇਟ ਹੈ ਉਹ ਤੇ ਉਹਨੂੰ ਸੁਣ ਸਕਦੇ ਨੇ, ਉਹ ਬਹੁਤ ਈਜ਼ੀ ਆ। ਜਾਣੀ ਕਿ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਸਮਾਰਟ ਫੋਨ ਦਾ ਜ਼ਮਾਨਾ ਤੇ ਅਸੀਂ ਪੁਰਜ਼ੋਰ ਯਤਨ ਕਰ ਰਹੇ ਹਾਂ ਤੁਹਾਡਾ ਸਾਰਿਆਂ ਭੈਣ ਭਰਾਵਾਂ ਦਾ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪੰਥਕ ਮੀਡੀਆ ਚਲਾ ਰਹੇ ਆ ਉਹਨਾਂ ਦਾ ਵੀ ਭਰਪੂਰ ਯੋਗਦਾਨ ਆ। ਬਿਲਕੁਲ ਬਿਲਕੁਲ ਤੇ ਵੀਰ ਜਿਸ ਨਾਲ ਅਸੀਂ ਵੀ ਕਹਿਣਾ ਚਾਹਵਾਂਗੇ ਵਿਸ਼ ਵੈਰੀ ਗੁੱਡ ਲੱਕ ਕਿ ਤੁਸੀਂ ਕੌਮੀ ਆਵਾਜ਼ ਰੇਡੀਓ ਚਲਾਉਂਦੇ ਹੋ ਐਂਡ ਥਾਪੋ ਦਾ ਸਾਨੂੰ ਸਿੱਖ ਕੌਮ ਨੂੰ ਸਾਨੂੰ ਆਪਣਾ ਰੇਡੀਓ ਆਪਣਾ ਟੀਵੀ ਚੈਨਲ ਚਾਹੀਦਾ ਸੀ। ਸੋ ਵੀ ਜਿਹੜਾ ਸੀ ਉਪਰਾਲਾ ਤੁਸੀਂ ਵੀ ਕੀਤਾ ਹੋਇਆ, ਅਸੀਂ ਵੀ ਕੀਤਾ ਹੋਇਆ, ਸੋ ਵੀ ਵਿਸ਼ ਵੈਰੀ ਗੁੱਡ ਲੱਕ ਵਿਦ ਦੈਟ। ਐਂਡ ਆਲਸੋ ਵੀਰ ਜੀ ਤੁਸੀਂ ਆਸਟ੍ਰੇਲੀਆ ਦਾ ਜਿਹੜਾ ਵਿਖਾਵਾ ਸੀਗਾ ਇਸ ਬਾਰੇ ਵੀ ਜਾਣਕਾਰੀ ਦਿੱਤੀ। ਐਂਡ ਆਲਸੋ ਆਈ ਵੁੱਡ ਲਾਈਕ ਟੂ ਰਿਕੁਐਸਟ ਯੂ ਜਿਸ ਤਰ੍ਹਾਂ ਮੋਦੀ ਹੁਣ ਆਸਟ੍ਰੇਲੀਆ ਦੇ ਵਿੱਚ ਆਇਆ ਹੋਇਆ ਨੇ 2002-2003 ਦੇ ਵਿੱਚ ਜਿਸ ਤਰ੍ਹਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਸੀ ਗੁਜਰਾਤ ਦੇ ਵਿੱਚ, ਐਂਡ ਨਾਟ ਓਨਲੀ ਸਿੱਖ ਜਥੇ ਬੰਨੀ ਆ ਪਰ ਤੁਸੀਂ ਨਾਲ ਨਾਲ ਆਪਣੇ ਜਿਹੜੇ ਹੋਰ ਵੀ ਇੰਡੀਆ ਦੇ ਮਾਈਨੋਰਟੀਜ਼ ਨੇ ਉਹਨਾਂ ਨੂੰ ਵੀ ਲੈ ਕੇ ਚੱਲੋ। ਆਪਣਾ ਜਿਹੜਾ ਅਗਲਾ ਤੁਹਾਡਾ ਪ੍ਰੋਟੈਸਟ ਅਗਲਾ ਵਿਖਾਵਾ ਹੈ ਉਸ ਦੇ ਵਿੱਚ ਵੀ ਤੁਸੀਂ ਇਹਨਾਂ ਦੀ ਸ਼ਮੂਲੀਅਤ ਜ਼ਰੂਰ ਕਰਵਾਵੋ। ਐਂਡ ਥੈਂਕ ਯੂ ਸੋ ਮਚ ਫੋਰ ਯੋਰ ਟਾਈਮ ਜੀ। ਇੱਕ 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 ਥੋੜੀ ਜਾਣਕਾਰੀ ਮੈਂ ਥੋੜੀ ਐਡ ਕਰਦੇ ਆ, ਜਿਹੜੇ ਕਸ਼ਮੀਰ ਨਾਲ ਸੰਬੰਧਿਤ ਵੀਰ ਨੇ ਜਾਂ ਜਿਹੜੇ ਤਤਾੜੇ ਵਰਗ ਨੇ ਹਿੰਦੁਸਤਾਨ ਦੇ ਉਹਨਾਂ ਵੱਲੋਂ ਵੀ ਨਿਊ ਸਾਊਥ ਵੇਲਜ਼ ਦੀ ਪਾਰਲੀਮੈਂਟ ਦੇ ਬਾਹਰ ਤੇ ਕੈਨੇਡਾ ਦੇ ਬਾਹਰ ਪ੍ਰਤੀਕਮਈ ਪ੍ਰਦਰਸ਼ਨ ਕੀਤੇ ਗਏ ਨੇ ਮੋਦੀ ਦੇ ਵਿਰੁੱਧ। ਉਹਨਾਂ ਵਿੱਚੋਂ ਕੁਝ ਜਿਹੜੇ ਵੀਰ ਨੇ ਤੇ ਇੱਕ ਭੈਣ ਜੀ ਉਹਨਾਂ ਨੇ ਕੱਲ ਸਾਡੇ ਨਾਲ ਵੀ ਆ ਕੇ ਸਾਡਾ ਜਿਹੜਾ ਪ੍ਰਦਰਸ਼ਨ ਸੀ ਰੋਸ ਨਜ਼ਾਰਾ ਸੀ ਉਹਦੇ ਵਿੱਚ ਸ਼ਮੂਲੀਅਤ ਕੀਤੀ ਸੀ। ਉਹਨਾਂ ਨੇ ਵੀ ਸਾਨੂੰ ਜਾਣੀ ਕਿ ਸਾਥ ਦਿੱਤਾ, ਅਸੀਂ ਵੀ ਉਹਨਾਂ ਨੂੰ ਪੂਰਾ ਸਾਥ ਦੇ ਰਹੇ ਹਾਂ। ਜਿਹੜੇ ਵੀ ਲਤਾੜੇ ਨੇ ਜਿੰਨੀਆਂ ਵੀ ਘੱਟ ਗਿਣਤੀਆਂ ਨੇ, ਦੇਖੋ ਇੱਕ ਧੱਕਾ ਕਰਨ ਵਾਲਾ ਵਰਗ ਹੈ ਇੱਕ ਧੱਕਾ ਸਹਿਣ ਵਾਲਾ। ਹਾਂਜੀ ਧੱਕਾ ਕਰਨ ਵਾਲਿਆਂ ਦੇ ਨਾਲ ਸਾਡੀ ਬਾਬੇ ਨਾਨਕ ਦੀ ਜਿਹੜੀ ਕੌਮ ਆ ਸੀ ਉਹਨਾਂ ਦੀ ਸਿਰਜੀ ਹੋਈ। ਉਹਨਾਂ ਨੂੰ ਇਹ ਗੁਰੂ ਸਾਹਿਬ ਦਾ ਹੀ ਉਪਦੇਸ਼ ਆ ਵੀ ਧੱਕੇ ਦੇ ਵਿਰੁੱਧ ਹਮੇਸ਼ਾ ਖੜਨ, ਜਿਹੜਾ ਲਤਾੜਿਆ ਵਰਗ ਆ ਉਹਦੀ ਗੱਲ ਕਰਨੀ ਆ ਜੀ। ਤੇ ਅਸੀਂ ਉਹਨਾਂ ਸਾਰਿਆਂ ਵਰਗਾਂ ਦੇ ਨਾਲ, ਉਹਨਾਂ ਸਾਰੀਆਂ ਕੌਮਾਂ ਦੇ ਨਾਲ ਜਿਹੜੀਆਂ ਲਤਾੜੀਆਂ ਨੇ ਉੱਥੇ ਧੱਕਾ ਸਹਿ ਰਹੀਆਂ ਨੇ ਜੀ, ਉਹਨਾਂ ਸਾਰੀਆਂ ਦੇ ਨਾਲ ਉਹਨਾਂ ਦੇ ਨਾਲ ਰਹਿ ਕੇ ਚੱਲਣ ਦਾ ਯਤਨ ਕਰ ਰਹੇ ਹਾਂ ਜੀ। ਬਿਲਕੁਲ ਵੀਰ ਜੀ, ਬਿਕੋਜ਼ ਅਸੀਂ ਵੀ ਜਿਹੜੇ ਯੂਨਾਈਟਿਡ ਨੇਸ਼ਨ ਦੇ ਮੋਰੇ ਪ੍ਰੋਟੈਸਟ ਕੀਤਾ ਸੀਗਾ, ਅਸੀਂ ਵੀ ਕਾਫੀ ਸਾਰੀ ਮਾਈਨੋਰਟੀਜ਼ ਕਸ਼ਮੀਰੀਆਂ ਨੂੰ ਲੈ ਕੇ ਜਾਂ ਫਿਰ ਮੁਸਲਮਾਨਾਂ ਨੂੰ ਜਿਹੜਾ ਕਤਲੇਆਮ ਕੀਤਾ ਸੀ ਉਹਨਾਂ ਨੂੰ ਨਾਲ ਲੈ ਕੇ ਕੀਤਾ ਸੀ। ਸੋ ਆਈ ਥਿੰਕ ਦਿਸ ਇਜ਼ ਦ ਬਿਗੈਸਟ ਸਲੈਪ ਔਨ ਇੰਡੀਅਨ ਗਵਰਨਮੈਂਟ, ਮੂੰਹ ਦੇ ਉੱਪਰ ਚਪੇੜ ਪੈਂਦੀ ਹੈ ਜਦੋਂ ਉਹ ਦੇਖਦੀਆਂ ਨੇ ਕਿ ਇਸ ਮਾਈਨੋਰਟੀਜ਼ ਨੂੰ ਮਾਈਨੋਰਟੀ ਨਾਲ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹ ਮਾਈਨੋਰਟੀਜ਼ ਮਾਈਨੋਰਟੀਜ਼ ਨਾਲ ਮਿਲ ਕੇ ਇਕਜੁੱਟ ਹੋ ਕੇ ਸਾਡਾ ਸਾਹਮਣਾ ਕਰ ਰਹੀਆਂ ਨੇ। ਸੋ ਵਿਚ ਇਜ਼ ਅ ਵੈਰੀ ਗੁੱਡ ਯਤਨ ਤੁਸੀਂ ਕੀਤਾ, ਉਪਰਾਲਾ ਕੀਤਾ। ਥੈਂਕ ਯੂ ਸੋ ਮਚ ਫੋਰ ਦੈਟ ਵੀਰ ਜੀ। ਹੁਣ ਸਾਡਾ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮੇਰੇ ਵਿਚਾਰ ਸਾਂਝੇ ਕਰਨ ਦਾ, ਮੇਰੇ ਨਾਲ ਵਿਚਾਰ ਰੱਖਣ ਦਾ ਮੈਨੂੰ ਤੁਸੀਂ ਮੌਕਾ ਦਿੱਤਾ, ਸ਼ੁਕਰੀਆ TV84 ਦਾ ਬਹੁਤ ਬਹੁਤ।
ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਊਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਕੀਪ ਵਾਚਿੰਗ ਨਿਊਜ਼ ਟੀਵੀ 84 ਵਿਲ ਬੀ ਰਾਈਟ ਬੈਕ ਆਫਟਰ ਸ਼ੋਰਟ ਬ੍ਰੇਕ